तीजे दिन आउंदी हैगी पा के पट जांदी हैगी पानी आ देखो साडा की कुछ होया पिया गा एदे पुलिसिए दे घर वाली हाकम दे गाणा कढ़दी है तीआं भैणां दीआं बहुत पुठा बोलदी है सानू आके सानू जिउणा दुब्बर कर रख्या आ देखो साडा की गंद पै रिहा सी रोटी नहीं खांदे हैगे हैं की इहनां ने गंद पा रख्या तीजे दिन आउंदी है पट के छिट्टी जांदी है कोई किसे दी गल्लबात नहीं सुणदा हैगा बहुत फिर ले असी कोई बहुत जाया जी असी ਅਰਜ਼ੀਆਂ ਦੇ ਰੱਖੀਆਂ ਨੇਗੀਆਂ ਕੋਈ ਸਾਡੀ ਸਮਰਾਈ ਨਹੀਂ ਹੋ ਰਹੀ ਹੈਗੀ ਆਹ ਦੇਖੋ ਸਾਡਾ ਕੀ ਗੰਦ ਪੈ ਰਿਹਾ ਗਾ ਜਵਾਕ ਆਉਂਦੇ ਨੇ ਸਾਡੇ ਉਹ ਡਿੱਗ ਜਾਂਦੇ ਨੇ ਰਾਤਾਂ ਨੂੰ ਕੰਮ ਤੋਂ ਆਉਂਦੇ ਨੇਗੇ ਇਹ ਕੋਈ ਚੰਗੀ ਗੱਲ ਹੈ ਇਹਦੇ ਬਾਰੇ ਇਹਨੇ ਵਰਦੀ ਦਾ ਰੋਬ ਜਮਾ ਰੱਖਿਆ ਸਾਡੇ ਤੇ ਆਉਂਦਾ ਆਪ ਵੀ ਨਾਲ ਲੱਗ ਜਾਂਦਾ ਗਾ ਉਹ ਤਾਂ ਚੱਲ ਲੱਗਦੀ ਆ ਆਪ ਗਾਣਾ ਕੱਢਦਾ ਸਾਨੂੰ ਆ ਕੇ ਇਹਦੇ ਧੀਆਂ ਨੇ ਸਾਡੇ ਵੀ ਧੀਆਂ ਨੇਗੀਆਂ ਮੰਗ ਅਸੀਂ ਇਹ ਕਰਦੇ ਸਾਡਾ ਰਸਤਾ ਸਾਫ਼ ਹੋਣਾ ਚਾਹੀਦਾ ਖੜਾ ਪਾਣੀ ਲੰਘਣਾ ਚਾਹੀਦਾ ਸਾਨੂੰ ਨਜਾਇਜ਼ ਤੰਗ ਨਾ ਕਰੇ ਸ਼ਾਂਤੀ ਕਿਹੜਾ ਪਿੰਡ ਹੈ ਤੁਹਾਡਾ ਮਹਿਲਾ ਚੌਕ ਕੀ ਗੱਲ ਹੈ ਅੱਜ ਇੱਥੇ ਗੱਲ ਨੂੰ ਬਦੀਨ ਹੋ ਰਿਹਾ ਵੀ ਬੰਦ ਪਈ ਹੈ ਪਾਣੀ ਛੱਡ ਜਾਂਦੀ ਹੈ ਇੱਟਾ ਬਾਲਟੇ ਭਰ ਭਰ ਕੇ ਇੱਥੇ ਪਾ ਜਾਂਦੀ ਹੈ ਪਾਣੀ ਬੱਚੇ ਡਿੱਗ ਪੈਂਦੇ ਨੇ ਵਿੱਚ ਬਦੀਨ ਨਾ ਕੋਈ ਸਾਈਕਲ ਲੰਘਦਾ ਨਾ ਕੋਈ ਸਕੂਟਰ ਲੰਘਦਾ ਬੇਟਾ ਆ ਖੜਿਆ ਕੌਣ ਕਰਦਾ ਇਹ ਜਿਹੜੇ ਕਰਦੇ ਨੇ ਜਿਹਨਾਂ ਦਾ ਘਰ ਹੈਗਾ ਹਾਕਮ ਸਿੰਘ ਹੈ ਪੁਲਿਸ ਵਾਲਾ ਲੱਗਿਆ ਡਰਾ ਕੇ ਜਾਂਦਾ ਗਾਲਾਂ ਧੀਆਂ ਨਹੀਂ ਦਿੰਦਾ ਹੈਗਾ ਹੋਰ ਕੀ ਮੰਗ ਕਰਦੇ ਸਰਕਾਰ ਮੰਗ ਸਾਡੀ ਇਹੀ ਹੈ ਸਾਡੀ ਬੀਹੀ ਜੋ ਨਹੀਂ ਜਾਈ ਜੀ ਖੁੱਲੀ ਹੈ ਬੱਚੇ ਆ ਬੰਦ ਕਰਕੇ ਗਈ ਹੈ ਬੀਹੀ ਬਹੁਤ ਤਪੇ ਹੋਏ ਆ ਸਾਂ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਕੀ ਕੰਮ ਕਰਦੇ ਹੋ ਕੰਮ ਤਾਂ ਜੀ ਤਾਹੀ ਦਿਹਾੜੀ ਦੱਪੇ ਕਰਦੇ ਕੀ ਮਸਲਾ ਹੈ ਜਿਹੜਾ ਇੱਥੇ ਇਕੱਠੇ ਹੋਏ ਇਕੱਠੇ ਤਾਂ ਆ ਗਲੀ ਦਾ ਮਸਲਾ ਹੈ ਜੀ ਆ ਤੀਜੇ ਦਿਨ ਆਉਂਦੇ ਨੇ ਗਲੀ ਪੱਟ ਜਾਂਦੇ ਨੇ ਕੌਣ ਪੱਟਦਾ ਇਹ ਹਾਕਮ ਸਿੰਘ SSO ਦੇ ਘਰ ਵਾਲੀ ਹੈ ਜੀ ਹਾਕਮ ਸਿੰਘ ਕੀ ਕੰਮ ਕਰਦਾ SSO ਹੈ ਜੀ ਹਾਂ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਗਲੀ ਬਾਰੇ ਅਸੀਂ ਤਾਂ ਗਲੀ ਦਾ ਮਸਲਾ ਜੀ ਸਾਡਾ ਨਾ ਤਾਂ ਕੋਈ ਸਾਧਨ ਲੰਘ ਰਿਹਾ ਇੱਥੋਂ ਦੀ ਆਹ ਗੋਟੇ ਗੋਟੇ ਪਾਣੀ ਖੜਾ ਮੱਸਰ ਹੋ ਰਿਹਾ ਇੱਥੇ ਪਿਆ ਨਹੀਂ ਜਾਂਦਾ ਆਹ ਮੀਟਰ ਲੱਗੇ ਹੋਏ ਨੇ ਇਹਦੇ ਨਾਲ ਇੰਨਾ ਚ ਕਰੰਟ ਆ ਰਿਹਾ ਜੀ ਤੇ ਇੱਥੋਂ ਦੀ ਕੋਈ ਸਾਧਨ ਨਹੀਂ ਲੰਘਦਾ ਸਾਡਾ ਮੱਛਰ ਫੈਲ ਰਿਹਾ ਤੇ ਅਸੀਂ ਤਾਂ ਕਹਿੰਦੇ ਵੀ ਸਾਡਾ ਰਸਤਾ ਸਾਫ਼ ਹੋਣਾ ਚਾਹੀਦਾ ਆ ਪੁਲਿਸ ਪ੍ਰਸ਼ਾਸਨ ਆਉਂਦਾ ਗਾ ਇੱਥੇ ਦੇਖ ਕੇ ਸਾਨੂੰ ਮੁੜ ਜਾਂਦਾ ਗਾ ਜਦੋਂ ਮਤਲਬ ਕਿ ਕੋਈ ਇੱਟਾ ਪਾਉਣ ਲੱਗਦਾ ਉਦੋਂ ਆ ਕੇ ਪੁਲਿਸ ਖੜ ਜਾਂਦੀ ਹੈ ਸਾਡੇ ਸਿਰ ਤੇ ਕਿਉਂ ਰੋਕਦੇ ਨੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਜੀ ਕਹਿੰਦਾ ਸਾਡੀ ਗਲੀ ਦੇ ਵਿੱਚ ਜਗ੍ਹਾ ਬਣਦੀ ਆ ਤੇ ਤਿੰਨ ਵਾਰ ਦੋ ਵਾਰੀ ਇਹ ਪੱਕੀ ਹੋ ਗਈ ਗਲੀ ਪੰਚਾਇਤ ਨੇ ਇੱਟਾ ਪਾਤੀਆਂ ਜਿਹੜਾ ਇਹ ਰੈਂਪ ਲੱਗਿਆ ਹੋਇਆ ਇਸੇ ਦੀ ਹੈ ਹਾਂ ਜੀ ਇਸੇ ਦੀ ਹੈ ਇਹ ਹੋਰ ਤੁਸੀਂ ਕਿਤੇ ਕਿਤੇ ਕੋਲ ਜਾ ਕੇ ਆਏ ਹੋ ਤੁਹਾਨੂੰ ਅਸੀਂ SSB ਦੇ ਗਏ ਤੇ ਜੀ ਤੇ ਪਿੰਡੂ ਵਿਕਾਸ ਵਾਲੇ ਕੋਲੇ ਗਏ ਤੇ BDO ਦੇ ਗਏ ਤੇ ਚੌਂਕੀ 'ਚ ਗਏ ਤੇ ਜੀ ਕੋਈ ਸੁਣਵਾਈ ਹੋਈ ਕੋਈ ਸੁਣਵਾਈ ਨਹੀਂ ਹੋਈ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਅਸੀਂ ਰਸਤੇ 'ਚ ਹੀ ਕਰਦੇ ਜੀ ਸਾਡਾ ਰਸਤਾ ਖੁੱਲ੍ਹਾ ਹੋਣਾ ਚਾਹੀਦਾ ਇਸ ਤੋਂ ਗੁਰਦਾਂ 'ਚ ਸਾਡਾ ਕੋਈ ਉਹ ਨਹੀਂ ਸਾਨੂੰ ਮੁਸਕ ਮਾਰਦੀ ਇੱਥੇ ਰੋਟੀ ਖਾਣੀ ਔਖੀ ਆ ਗਲੀ ਦਾ ਪਾਣੀ ਸਾਰਾ ਰੁਕਿਆ ਖੜਾ ਜੀ ਮੱਛਰ ਖਾ ਰਿਹਾ ਇੱਥੇ ਸਾਡੇ ਸਾਧਨ ਲੰਘਣੇ ਚਾਹੀਦੇ ਨੇ ਜੀ ਸਾਡਾ ਤਾਂ ਕੰਮ ਕੰਮ ਤੇ ਜਾਂਦੇ ਕੰਮ ਨਹੀਂ ਕੰਮ ਤੇ ਜਾਣ ਨੂੰ ਸਾਨੂੰ ਲਾਂਘਾ ਨਹੀਂ ਮਿਲਦਾ ਹੈਗਾ ਇੱਥੋਂ ਦੀ ਜੀ ਲੰਘੀਏ ਕਿੱਧਰ ਦੀ ਅਸੀਂ ਫਿਰ ਜੇ ਕੋਈ ਇੱਥੇ ਡਿੱਗ ਗਿਆ ਮਰ ਗਿਆ ਉਹਦਾ ਜ਼ਿੰਮੇਦਾਰ ਕੌਣ ਹੋਊਗਾ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਤਾਂ ਅਸੀਂ ਰਸਤੇ ਦੀ ਕਰਦੇ ਹਾਂ ਜੀ ਵੀ ਇੱਟਾ ਆਪ ਪਾਉਣ ਉਹ ਅਸੀਂ ਨਹੀਂ ਪਾਉਂਦੇ ਹੈਗੇ ਜੇ ਗਲੀ ਖੁੱਲਦੀ ਆ ਮੇਰਾ ਨਾਮ ਲੱਖੀ ਸਿੰਘ ਹੈ ਜੀ ਕਿਹੜਾ ਪਿੰਡ ਹੈ ਮਹਿਲਾ ਚੌਂਕ ਜੀ ਮਸਲਾ ਜੀ ਇਹ ਹੈ ਜੀ ਜਿਹੜੀ ਗਲੀ ਹੈ ਇਹ ਬਹੁਤ ਟਾਈਮ ਪੁਰਾਣੀ ਚੱਲਦੀ ਹੈ ਇਹ ਗਲੀ ਇਹ ਆਪਣੇ ਮੁਲਾਜ਼ਮ ਹੈ ASI ਮੇਰਾ ਮਕਾਨ ਤਾਂ ਮੂਹਰੇ ਪੈਂਦਾ ਇੱਥੋਂ ਇਹ ਕਹਿੰਦਾ ਵੀ ਮੇਰਾ ਥੋਂ ਨਿਕਲਦਾ ਇੱਧਰ ਅਸੀਂ ਆਖਿਆ ਵੀ ਜਦੋਂ ਕੋਈ ਕੋਰਟ ਦਾ ਆਰਡਰ ਆਊ ਜਾਂ ਕੋਈ ਗੱਲਬਾਤ ਹੋਊ ਉਦੋਂ ਗੱਲ ਕਰਾਂਗੇ ਇਹ ਤੀਏ ਦਿਨ ਆਉਂਦਾ ਜੀ ਇੱਟਾਂ ਲਾਉਣੇ ਇੱਥੇ ਬੀਹੀ ਪੱਟ ਕੇ ਛੱਡਦਾ ਤੁਸੀਂ ਆਹ ਬੀਹੀ ਕਿਹੜੀ ਨਿਗਾਹ ਮਾਰ ਰਹੋ ਜੀ ਬਹੁਤ ਪਾਣੀ ਖੜਾ ਉਰੇ ਬਹੁਤ ਮਤਲਬ ਗਾਲੀ ਗਲੋਚ ਕਰਕੇ ਜਾਂਦਾ ਜੀ ASI ਹੈ ਮੁਲਾਜ਼ਮ ਆ ਕੀ ਨਾਮ ਉਹਦਾ ਹਾਕਮ ਸਿੰਘ ASI ਹੈ ਜੀ ਅੱਛਾ ਤੇ ਉਸ ਤੋਂ ਬਾਅਦ ਜੀ ਜੇ ਅਸੀਂ ਜੇ ਇੱਟਾਂ ਲਾਉਣੇ ਇੱਥੇ ਤਾਂ ਮੁਲਾਜ਼ਮ ਵੀ ਆ ਜਾਂਦੇ ਨੇ ਅਸੀਂ ਬਹੁਤ ਟਾਈਮ ਦੇ ਫਿਰਦੇ ਆ ਗੇੜੇ ਖਾਂਦੇ ਵੀ ਅਰਜ਼ੀਆਂ ਵੀ ਦਿੱਤੀਆਂ ਐਪਲੀਕੇਸ਼ਨਾਂ ਵੀ ਪਾਈਆਂ ਕੋਈ ਹੱਲ ਨਹੀਂ ਹੋਇਆ ਸਾਡਾ ਜੀ
असी दिन रात इतने मच्छर इतने देखो गंदगी सरकार तो कहें भी सफाई रखो पर इतने कोई सफाई नहीं हैगी इतने पानी खड़ा जी बुरा हाल आ साडा मच्छर आ बुरा हाल इतने जवाक फिरते ने जी रोटी रूटी खानी सारा कुछ दुब्बर आई सानू इतने बहुत ज्यादा बुरा हाल है जी असीं सरकार तो मांग करते हैं भी इहदा हल किया जाए जी मोहल्ले वाले ने उन्होंने इतराज जताया इस लैके उन्होंने पुलिस च शिकायत भी करने लई उत्थे गए पर उत्थे मौजूद पुलिस अधिकारियों वालों उस नूं उत्थों भजा दिता अते धमकी दिती गई यह इल्जाम जेडे कि मोहल्ला वासियां वल्लों लगाए जा उत्थे जदों इस मामले दे उत्ते एएसआई हकम सिंह नाल फोन ते गलबात कीती गई तां उसने कहा कि यह जगह उसदी आ ते इसदा केस भी लगाया होया। ब्यूरो रिपोर्ट, रोजाना टाइम।